ਤੁਹਾਡੇ ਕਹਿਣ ਦਾ ਮਤਲਬ ਵੀ ਆ ਇਹ ਜਿਹੜੇ ਖੜੇ ਨੇ ਸੋਚਿਆ ਨਾ ਇਹਨੇ ਡਿਊਟੀ ਨਹੀਂ ਕਰਨੀ ਉਹਨੇ ਡਿਊਟੀ ਕਰਨੀ ਆ ਆਪਣੀ ਉਹਨੇ ਆਪਣੀ ਨਾ ਉਹ ਆਣ ਕੇ ਸੱਚਾਈ ਪੇਸ਼ ਕਰਨੀ ਆ ਕਿ ਮੈਂ ਕੁਛ ਨਹੀਂ ਕੀਤਾ ਮੇਰੇ ਇਹਨਾਂ ਨੇ ਧੱਕਾ ਕੀਤਾ ਤੁਸੀਂ ਬਾਂਸਲ ਡੀਐਸਪੀ ਰਿਕਾਰਡਿੰਗ ਵਿਦ ਰਿਕਾਰਡਿੰਗ ਮੇਰੇ ਕੋਲ ਆ ਉਹ ਮੈਂ ਦਊਂਗੀ ਕਦੋਂ ਦਊਂਗੀ ਜਿੱਦਣ ਮੈਂ ਕੰਮ ਕਰ ਲਿਆ ਨਾ ਤੁਹਾਨੂੰ ਮੌਕੇ 'ਤੇ ਵੀਡੀਓ ਦਊਂ ਉਹ 'ਚ ਡੀਐਸਪੀ ਬਾਂਸਲ ਡੀਐਸਪੀ ਗੱਲ ਕਰਦੇ ਪਏ ਆ ਅੱਜ ਰਾਤ ਤੱਕ ਪਰਚਾ ਦਰਜ ਹੋਣਾ ਚਾਹੀਦਾ ਵਾ ਨਹੀਂ ਤੁਸੀਂ ਕਿੱਥੇ ਦੇ ਤੇ ਜੇ ਪੁਲਿਸ ਮੁਲਾਜ਼ਮ ਪੁਲਿਸ ਨੇ ਧੱਕਾ ਕਰ ਦੀ ਤਾਂ ਆਮ ਪਬਲਿਕ ਦਾ ਕੀ ਹਾਲ ਆ ਆਮ ਪਬਲਿਕ ਦਾ ਕੋਈ ਹਾਲ ਨਹੀਂ ਕੋਈ ਹਾਲ ਨਹੀਂ ਆਮ ਪਬਲਿਕ ਦਾ ਆਹ ਚੱਲਦੇ ਥਾਣੇ ਅੱਜ ਮੇਰਾ ਜੀਜਾ ਫੜਿਆ ਉਹਨੂੰ ਆਹ ਲੈ ਕੇ ਉਹਨੂੰ ਛੱਡ ਦਿੱਤਾ ਉਹਨੂੰ ਕਿ ਤੁਸੀਂ ਦੱਸੋ ਇੱਕ ਮਹੀਨੇ ਵਿੱਚ ਕਲੀਨ ਚਿੱਟ ਕਿੱਦਾਂ ਮਿਲ ਜਾਂਦੀ ਬੰਦੇ ਨੂੰ ਆਪ ਦੱਸ ਦਿਓ ਉਹਨੂੰ ਕਲੀਨ ਚਿੱਟ ਇੱਕ ਮਹੀਨੇ ਤੋਂ ਪਹਿਲਾਂ ਕਲੀਨ ਚਿੱਟ ਮਿਲ ਗਈ ਉਹਦਾ ਕਸੂਰ ਕੋਈ ਨਹੀਂ ਕਿੱਦਾਂ ਮਿਲ ਗਈ ਕਲੀਨ ਚਿੱਟ ਉੱਨੀਆਂ ਦਿਨਾਂ 'ਚ ਜਮਾਤ ਜੱਜ ਨੇ ਕਿਹਾ ਸੀ 3 ਮਹੀਨੇ ਤੋਂ ਪਹਿਲਾਂ ਜਮਾਤ ਨਹੀਂ ਮਿਲਣੀ 19 ਦਿਨਾਂ 'ਚ ਉਹ ਬੰਦਾ ਬਾਹਰ ਕਿੱਦਾਂ ਆ ਗਿਆ ਕਾਕਾ ਤੁਸੀਂ ਚਲੋ ਉੱਧਰ ਹੁਣ ਤੁਸੀਂ ਕੀ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਮੰਗ ਕਿਸੇ ਤੋਂ ਮੰਗ ਨਹੀਂ ਕਰਦੀ ਮੈਂ ਸੂਸਾਈਡ ਕਰਨਾ ਅੱਜ ਮਨੋਂ ਧਾਰ ਕੇ ਆਈ ਹਾਂ ਇੱਥੇ ਨਾ ਕੀਤਾ ਮੈਂ ਬਾਹਰ ਜਾ ਕੇ ਕਰ ਲੈਣਾ ਪਹਿਲਾਂ ਟੈਂਕੀ ਤੋਂ ਮਾਰ ਕੇ ਛਾਲ ਕਰ ਦੇਣਾ ਪਰ ਮੈਂ ਸਾਰੇ ਪੰਜਾਬ ਦੀ ਪੁਲਿਸ ਫਸਾਉਣੀ ਆ ਸਾਰੇ ਫਸਾਉਣੀ ਆ ਪੈਂਦੀ ਸੂਸਾਈਡ ਕਰਨਾ ਤੇ ਕਾਨੂੰਨੀ ਜੁਰਮ ਆ ਤੁਸੀਂ ਆਪਣੇ ਹੱਕਾਂ ਦੇ ਲਈ ਲੜੋ ਨਾ ਮੈਂ ਨਹੀਂ ਲੜਨਾ ਮੇਰੇ ਛੋਟੇ ਛੋਟੇ ਬੱਚੇ ਆ ਬੱਚੇ ਰੁੱਲ ਜੂਗੇ ਜੇ ਆਪਾਂ ਸੂਸਾਈਡ ਕਰ ਲਈ ਤਾਂ ਮੇਰੇ ਰੁੱਲੂ ਗਲੇ ਮੈਂ ਇਹਨਾਂ ਦੇ ਵੀ ਰਾਤ ਦੇ ਨਾਲ ਹੀ ਰੋਲਦੇ ਨੇ ਆ ਦੇਖੋ ਜਿਹੜਾ ਡਰਾਈਵਰ ਫੜਿਆ ਸੀ 2 ਮਿੰਟ ਦੇਖੋ ਦੁਨੀਆ ਦਾ ਚੌਥਾ ਸਤੰਭ ਤੁਹਾਡੀ ਆਵਾਜ਼ ਸੁਣ ਰਿਹਾ ਵਾ ਤੁਸੀਂ ਸੂਸਾਈਡ ਦੀ ਗੱਲ ਨਾ ਕਰੋ ਤੁਸੀਂ ਲੜਨ ਦੀ ਗੱਲ ਕਰੋ ਜਿਹੜਾ ਤੁਹਾਡੇ ਨਾਲ ਵਿਰੋਧਤਾ ਹੋ ਰਹੀ ਜਾਂ ਤੁਹਾਡੇ ਨਾਲ ਬੇਇਨਸਾਫੀ ਹੋ ਰਹੀ ਉਹਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਖੁੱਲ ਕੇ ਦਿਓ ਜਦੋਂ ਮੈਂ ਕੱਲ ਮਹੱਲੇ ਵਿੱਚ ਆਈ ਹਾਂ ਨਾ ਤੁਸੀਂ ਦੱਸੋ ਕਿੰਨੇ ਨਾਲ ਕਿੱਦਾਂ ਲੈ ਕੇ ਸੀ ਲੱਗੇ ਤੁਸੀਂ ਨਾ ਨਹੀਂ ਮਰੋਗੇ ਤੁਸੀਂ ਕੀ ਕਰੋਗੇ ਮਰਨਾ ਜ਼ਿੰਦਗੀ ਦਾ ਹਾਲ ਨਹੀਂ ਹੈ ਸੁਣੋ ਇਹ ਮੁਲਾਜ਼ਮ ਮੇਰੇ ਮਹੱਲੇ ਵਿੱਚ ਜਾ ਕੇ ਕਹਿ ਕੇ ਆਏ 5 ਕਿਲੋ ਚਿੱਟੇ ਦਾ ਪਰਚਾ ਕੱਟਿਆ ਜੇ ਮੈਂ ਤੇ ਅੱਜ 5 ਕਿਲੋ ਚਿੱਟੇ ਦਾ ਪਰਚਾ ਕੱਟਿਆ ਸੀ ਮੈਂ ਇੱਥੇ ਕਿੱਦਾਂ ਬਹਿ ਗਈ ਮੇਰਾ ਨਾਂ ਸਬ ਇੰਸਪੈਕਟਰ ਜਨਕ ਰਾਜ ਹੈ ਜੀ ਮੈਂ ਇੰਚਾਰਜ ਹੈ ਐਂਟੀ ਫਰੋਡ ਸਟਾਫ ਦਾ ਇਹ ਮਸਲਾ ਤਫਤੀਸ਼ ਚੱਲ ਰਹੀ ਹੈ DSP ਗੁਰੂ ਹਰਸਾਏ ਕੋਲ ਉਹ ਆਏ ਹੋਏ ਨੇ ਅਸੀਂ ਇਸ ਲੇਡੀ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਉਣਾ ਸੀ ਉਹ ਬਾਕੀ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਮੈਟਰ ਜਿਹੜਾ ਹੈਗਾ ਉਹ DSP ਸਾਹਿਬ ਡਿਸਕਲੋਜ਼ ਕਰਨਗੇ ਤੁਹਾਡੇ ਨਾਲ ਸਾਰਾ ਬਾਕੀ ਤੁਸੀਂ ਦੇਖ ਲਈਏ ਸਰ ਕੋਈ ਲੇਡੀ ਪੁਲਿਸ ਵੀ ਨਾਲ ਹੈ ਬਿਲਕੁਲ ਹੈਗੀ ਜੀ ਲੇਡੀ ਪੁਲਿਸ ਸਾਡੇ ਨਾਲ ਹੈ ਔਰ ਤੁਸੀਂ ਜਦੋਂ ਰੇਡ ਕੀਤੀ ਲੋਕਲ ਪੁਲਿਸ ਨੂੰ ਸਲਾਹ ਦਿੱਤੀ ਸੀ ਸਾਡੇ ਨਾਲ ਸਰਕੇਰ ਸਿੰਘ ਕੌਂਸਲਰ ਤੇ ਲੋਕਲ ਪੁਲਿਸ ਦੇ SHO ਤੇ 5-6 ਮੁਲਾਜ਼ਮ ਜਿਹੜੇ ਹੈਗੇ ਆ ਉਹ ਲੈ ਕੇ ਨਾਲ ਅਸੀਂ ਉੱਥੇ ਗਏ ਇਹਨਾਂ ਦੇ ਘਰ ਤੁਸੀਂ ਕਹਿ ਰਹੇ ਹੋ ਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ ਸੀ ਕੋਰਟ ਵੱਲੋਂ ਕੋਈ ਆਰਡਰ ਸੀ ਇਸ ਤਰ੍ਹਾਂ ਦੇ ਕੋਈ ਜਾਂ ਕੋਈ ਚਲਾਨ ਉਹਦੇ ਬਾਰੇ ਤੁਹਾਨੂੰ DSP ਸਾਹਿਬ ਸਾਰਾ ਦੱਸ ਦਿੰਦੇ ਆ ਤੁਸੀਂ ਲੈ ਕੇ ਤੁਰਦੇ ਆ ਨਾ ਜੀ DSP ਸਾਹਿਬ ਦੱਸਣਗੇ ਤੇ DSP ਸਾਹਿਬ ਆਏ ਹੋਏ ਆ DSP ਸਾਹਿਬ ਆਏ ਹੋਏ ਆ ਜੀ ਸਵੇਰੇ 4 ਵਜੇ ਦੇ ਅਸੀਂ ਤੁਰੇ ਹੋਏ ਆ ਆਖਰ ਮਾੜਾ ਮੋਟਾ ਕੁਝ ਮੈਂ ਇਹ ਪੁੱਛਣਾ ਕੋਈ ਲੀਗਲ ਡਾਕੂਮੈਂਟ ਸੀਗੇ ਜਿਹਦੇ ਅਗੇਂਸਟ ਤੁਸੀਂ ਸਾਰਾ ਕੁਝ ਲੀਗਲ ਡਾਕੂਮੈਂਟਸ ਜਿਹੜੇ ਹੈਗਾ ਉਹ DSP ਸਾਹਿਬ ਦੇ ਕੋਲ ਆ ਉਹ ਤੁਹਾਨੂੰ ਜਿਹੜਾ ਹੈਗਾ ਅੱਛਾ ਤੁਹਾਡੇ ਕੋਲ ਹੈ ਸੀਗੇ ਉਹਨਾਂ ਕੋਲ ਸੀਗੇ ਮੈਂ ਉਹਨਾਂ ਦੀ ਪਾਰਟੀ ਨੂੰ ਅਸਿਸਟ ਕਰ ਰਿਹਾ ਮੈਂ ਕਹਿੰਦਾ ਕਿ ਲੀਗਲ ਡਾਕੂਮੈਂਟਸ ਤੁਹਾਡੇ ਕੋਲ ਜਦੋਂ ਤੁਸੀਂ ਗਏ ਉਹ DSP ਸਾਹਿਬ ਹੈੱਡ ਨੇ ਸਾਡੀ ਪਾਰਟੀ ਦੇ ਉਹ ਹੈਗੇ ਨੇ ਇੱਥੇ ਮੈਂ ਉਹਨਾਂ ਦੀ ਪਾਰਟੀ ਨੂੰ ਅਸਿਸਟ ਕਰ ਰਿਹਾ ਸਾਡੇ ਕੋਲੇ ਸਾਰੇ ਡਾਕੂਮੈਂਟ ਹੈਗੇ ਨੇ DSP ਸਾਹਿਬ ਇੱਥੇ ਹੀ ਨੇ ਇੱਥੇ ਮੈਂ ਕਹਿੰਦਾ ਆਏ ਤਾਂ ਹੈ ਨਹੀਂ ਜੀ ਉਹ ਕੋਈ ਨਹੀਂ ਜੀ ਤੁਸੀਂ ਉਹਨਾਂ ਨੂੰ ਮਿਲਿਓ ਆ ਜਾਣਗੇ ਤੁਸੀਂ ਮਿਲਿਓ ਮੈਂ ਮੇਰਾ ਸਵਾਲ ਹੈ ਬਸ ਮੈਂ ਇਹ ਤੋਂ ਹੋਰ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਘਰ 'ਚ ਗਏ ਸੀਗੇ ਲੀਗਲ ਡਾਕੂਮੈਂਟਸ ਤੁਹਾਡੇ ਕੋਲ ਸਾਡੇ ਕੋਲੇ ਹਰ ਚੀਜ਼ ਅਵੇਲੇਬਲ ਹੈ ਔਰ ਅਸੀਂ ਲੋਕਲ ਪੁਲਿਸ ਨੂੰ ਮਹੱਲੇ ਦੇ ਕੌਂਸਲਰ ਨੂੰ ਨਾਲ ਲੈ ਕੇ ਇਹ DSP ਸਾਹਿਬ ਡਿਸਕਲੋਜ਼ ਕਰਨਗੇ ਤੁਹਾਨੂੰ ਉਹਨਾਂ ਤੋਂ ਤੁਸੀਂ ਲੀਗਲ ਡਾਕੂਮੈਂਟਸ ਦਿਖਾ ਸਕਦੇ ਹੋ ਪਲੀਜ਼ DSP ਸਾਹਿਬ ਤੁਹਾਨੂੰ ਦਿਖਾਉਣਗੇ ਉਹਨਾਂ ਤੋਂ ਤੁਸੀਂ ਦੇਖ ਲੈਣਾ ਮੈਂ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਹੋਰ ਲੈ ਕੇ ਜਾ ਸਕਦੇ ਤੁਹਾਡੇ ਕੋਲ ਲੀਗਲ ਡਾਕੂਮੈਂਟਸ ਨਹੀਂ ਸੀਗੇ ਜੋ ਤੁਸੀਂ ਰੇਡ ਮਾਰੀ ਇਹ ਤੁਸੀਂ ਜੋ ਮਰਜ਼ੀ ਕੁਝ ਕਹਿ ਸਕਦੇ ਹੋ ਬਟ ਜੋ ਹੈਗਾ ਉਹ DSP ਸਾਹਿਬ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਤੁਸੀਂ ਵੇਖੀ ਹੋਗੇ ਤੁਹਾਡੇ ਕੋਲ ਡਾਕੂਮੈਂਟ ਹੈ ਨਹੀਂ ਤੇ ਮੈਂ ਪੁਲਿਸ ਅਫੀਸਰ ਹਾਂ ਇਸ ਟਾਈਮ ਪੁਲਿਸ ਅਫੀਸਰ ਹਾਂ DSP ਦੀ ਪਾਰਟੀ ਦਾ ਨੂੰ ਅਸਿਸਟ ਕਰ ਰਿਹਾ ਹਾਂ ਲੋਕਲ ਪੁਲਿਸ ਸਾਡੇ ਨਾਲ ਹੈ ਤੁਸੀਂ ਡਾਕੂਮੈਂਟ ਦਿਖਾ ਦਿਓ ਜੇ ਤੁਹਾਡੀ ਜੇਬ ਦੇ ਵਿੱਚ ਹੈ ਵਾਈ ਕਿਹੜੀ ਗੱਲ ਤੋਂ ਮੈਂ ਦਿਖਾਵਾਂ ਡਾਕੂਮੈਂਟ ਮੈਂ ਡਾਕੂਮੈਂਟ ਨਹੀਂ ਦਿਖਾ ਸਕਦਾ DSP ਸਾਹਿਬ ਤੁਹਾਨੂੰ ਚਲੋ ਤੁਸੀਂ ਜੋ ਤੁਹਾਡੇ ਮਨ ਆਉਂਦੀ ਹੈ ਤੁਸੀਂ ਜੋ ਕਹਿਣਾ ਚਾਹੁੰਦੇ ਆ ਕਹਿ ਸਕਦੇ ਆ ਮੈਂ ਤੁਹਾਨੂੰ ਮੈਂ ਕੋਈ ਮਾਮਲਾ ਦਰਜ ਇਹਨਾਂ ਤੇ ਮਾਮਲਾ ਦਰਜ ਹੈ ਕਿਹੜਾ ਮਾਮਲਾ ਦਰਜ ਕਿਹੜੇ ਸੈਕਸ਼ਨ ਇਹਨਾਂ ਤੇ ਆਪਣਾ NDPS ਐਕਟ ਕਰਪਸ਼ਨ ਔਰ ਜਿਹੜਾ ਹੈਗਾ ਸੈਕੰਡਲੀ ਪਨਾਹ ਦੇਣ ਦੇ ਦੋਸ਼ਾਂ 'ਚ ਮਾਮਲਾ ਸਰ ਕੋਈ ਜਿਹੜਾ SHO ਬਾਦਲ ਵਾਲਾ ਮਾਮਲਾ ਚੱਲ ਰਿਹਾ ਉਹਦੇ ਵਿੱਚ ਉਹਦੇ ਵਿੱਚ ਇਨਵੋਲਵ ਹੈ